ਤਰਨ ਤਾਰਨ ਦੇ ਥਾਣਾ ਸਦਰ ਦੇ ਵਿੱਚ ਕੋਰੋਨਾ ਕਾਲ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਅਤੇ ਨੈਸ਼ਨਲ ਹਾਈਵੇ ਤੇ ਧਰਨਾ ਦੇਣ ਦੇ ਦਰਜ ਦੋ ਵੱਖ ਵੱਖ ਮਾਮਲਿਆਂ 'ਚ ਤਰਨ ਤਾਰਨ ਅਦਾਲਤ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਤਰਨ ਤਾਰਨ ਅਦਾਲਤ ਦੇ ਵਿੱਚ ਪੇਸ਼ ਹੋਏ, ਜਿਨ੍ਹਾਂ ਦੇ ਵਿੱਚੋਂ ਸਪੀਕਰ ਕੁਲਤਾਰ ਸਿੰਘ ਸੰਧਵਾ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ETO ਅਤੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਵਿਧਾਇਕ ਦਲਬੀਰ ਸਿੰਘ ਟੌਂਗ ਤੇ ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਸਨ। ਇਸ ਉਪਰੰਤ ਗੱਲਬਾਤ ਕਰਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਨਕਲੀ ਸ਼ਰਾਬ ਦੇ ਕਾਰਨ 150 ਤੋਂ ਵੱਧ ਮੌਤਾਂ ਹੋ ਗਈਆਂ ਸਨ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੋਸਟਲ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਸੀ ਅਤੇ ਉਸ ਹਾਕਮ ਸਰਕਾਰ ਨੇ ਉਹਨਾਂ ਉੱਪਰ ਦੋ ਮਾਮਲੇ ਦਰਜ ਕੀਤੇ ਸਨ ਜਿਸ ਵਿੱਚ ਉਹ ਤਰੀਕਾ ਭੁਗਤ ਰਹੇ ਨੇ। ਦੋਸ਼ੀਆਂ ਨੂੰ ਜਿਨ੍ਹਾਂ ਨੇ ਸਿਰਫ ਲਾਲਚ ਵਾਸਤੇ 150 ਲੋਕਾਂ ਦੀ ਜਾਨ ਲਈ ਉਹਨਾਂ ਨੂੰ ਸਜ਼ਾ ਦਿਵਾਉਣ ਖਾਤਰ ਇਹ ਨਕਲੀ ਸ਼ਰਾਬ ਦਾ ਧੰਦਾ ਪੰਜਾਬ ਵਿੱਚ ਚਲਾ ਰਹੀ ਸੀ ਸੱਤਾਧਿਰ ਪਾਰਟੀ, ਸਰਕਾਰ ਦੇ ਵਿੱਚ ਬੈਠੇ ਲੋਕ ਉਹਨੂੰ ਰੁਕਾਉਣ ਲਈ ਜਿਹੜਾ ਧਰਨਾ ਦਿੱਤਾ ਸੀ ਉਹਦੇ ਕਰਕੇ ਸਾਨੂੰ ਡਰਾਉਣ ਵਾਸਤੇ, ਸਾਡੇ ਮੂੰਹ ਬੰਦ ਕਰਨ ਵਾਸਤੇ ਝੂਠੇ ਵਰਤੇ ਦਿੱਤੇ। ਸੋ ਉਹਨਾਂ ਦਾ ਅਦਾਲਤ ਵਿੱਚ ਸਾਡੀਆਂ ਤਰੀਕਾਂ ਪੈਂਦੀਆਂ, ਸਾਨੂੰ ਅਦਾਲਤ ਪੂਰਾ ਵਿਸ਼ਵਾਸ ਹੈ, ਸਾਨੂੰ ਕਾਨੂੰਨ 'ਚ ਪੂਰਾ ਵਿਸ਼ਵਾਸ ਹੈ। ਸੋ ਅਸੀਂ ਜਦੋਂ ਤੱਕ ਸਾਨੂੰ ਅਦਾਲਤ ਬੁਲਾਏਗੀ ਅਸੀਂ ਆਵਾਂਗੇ, ਜੋ ਹੁਕਮ ਅਦਾਲਤ ਦਾ ਹੋਊਗਾ ਸਿਰ ਮੱਥੇ। ਸਰ ਅਗਲੀ ਤਰੀਕ ਨਹੀਂ ਪਈ ਹੋਣੀ? 6 ਤਰੀਕ ਪਈ ਹੈ ਜੀ, ਕਿਹੜੇ ਮਹੀਨੇ? ਨੈਕਸਟ ਜੁਲਾਈ ਜੀ, 6 ਜੁਲਾਈ। ਠੀਕ। ਤੇਜ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।